ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਜਸ਼ਨਪ੍ਰੀਤ ਸਿੰਘ ਭੁੱਲਰ ਅਤੇ ਮੈਂ ਪੰਜਾਬ ਪੁਲਿਸ ਵਿੱਚ 2016 ਤੋਂ ਐਜ਼ ਏ ਸਬ ਇੰਸਪੈਕਟਰ ਵਰਕ ਕਰ ਰਿਹਾ। 2016 ਵਿੱਚ ਜਿਹੜਾ ਪੰਜਾਬ ਪੁਲਿਸ ਦੀ ਭਰਤੀ ਹੋਈ ਸਬ ਇੰਸਪੈਕਟਰ ਦੀ, ਉਹਦੇ ਡਿਸਟ੍ਰਿਕਟ ਕੈਡਰ ਵਿੱਚ ਮੇਰੇ 97 ਨੰਬਰ ਆਏ ਸੀ 100 ਵਿੱਚੋਂ, ਅਤੇ ਓਵਰਆਲ ਪੰਜਾਬ 'ਚ ਮੈਂ ਟੌਪ ਕੀਤਾ ਸੀ, ਅਤੇ ਇੰਟੈਲੀਜੈਂਸ ਕੈਡਰ ਦਾ ਵੀ ਮੇਰਾ ਐਗਜ਼ਾਮ ਕਲੀਅਰ ਸੀਗਾ। ਅਤੇ ਇਸ ਵਾਰ 2021 ਵਿੱਚ ਜਿਹੜੀ ਭਰਤੀ ਆਈ ਹੈ ਸਬ ਇੰਸਪੈਕਟਰ ਦੀ ਜਾਂ ਕੌਂਸਟੇਬਲ ਹੈੱਡ ਕੌਂਸਟੇਬਲ ਦੀ ਆਉਣੀ ਆ, ਤਾਂ ਉਹਦੀ ਤਿਆਰੀ ਲਈ ਤੁਹਾਨੂੰ ਪਤਾ ਜਿਵੇਂ ਫਿਜ਼ੀਕਲ ਅਤੇ ਰਿਟਨ ਦੋਵੇਂ ਜ਼ਰੂਰੀ ਆ, ਅਤੇ ਫਿਜ਼ੀਕਲ ਦੀ ਤਿਆਰੀ ਤਾਂ ਆਲਰੇਡੀ ਮੈਨੂੰ ਲੱਗਦਾ ਸਟੂਡੈਂਟ ਦੀ ਕੱਚੀ ਚੱਲ ਰਹੀ ਹੋਊਗੀ, ਵਧੀਆ ਚੱਲ ਰਹੀ ਹੋਊਗੀ। ਪੁਲਿਸ ਲਾਈਨ ਵਿੱਚ ਵੀ ਜਿਹੜੇ ਪੰਜਾਬ ਪੁਲਿਸ ਵੱਲੋਂ ਹਰੇਕ ਪੁਲਿਸ ਲਾਈਨ ਜ਼ਿਲ੍ਹਿਆਂ ਦੇ ਵਿੱਚ ਤਿਆਰੀ ਕਰਵਾਈ ਜਾ ਰਹੀ ਹੈ ਫਿਜ਼ੀਕਲ ਦੀ, ਪਰ ਦੇਖਣ 'ਚ ਆਇਆ ਵੀ ਰਿਟਨ ਐਗਜ਼ਾਮਸ ਬਾਰੇ ਸਟੂਡੈਂਟਸ ਨੂੰ ਇੰਨੀ ਜ਼ਿਆਦਾ ਕਲੈਰਿਟੀ ਨਹੀਂ ਹੈਗੀ, ਨਾ ਹੀ ਉਹਨਾਂ ਨੂੰ ਇਹ ਪਤਾ ਵੀ ਅਸੀਂ ਕਿਹੜੀਆਂ ਕਿਤਾਬਾਂ ਪੜ੍ਹੀਏ ਜਾਂ ਕਿਹੜਾ ਸੋਰਸ ਫੋਲੋ ਕਰੀਏ ਵੀ ਸਾਡਾ ਐਗਜ਼ਾਮ ਇੰਨੇ ਘੱਟ ਟਾਈਮ ਵਿੱਚ ਵੀ 1.5 ਜਾਂ 2 ਮੰਥ ਵਿੱਚ ਅਸੀਂ ਸਿਲੇਬਸ ਕੰਪਲੀਟ ਕਰ ਲਈਏ ਅਤੇ ਭਰਤੀ ਵੀ ਹੋ ਸਕੀਏ। ਤਾਂ ਇਸੇ ਚੀਜ਼ ਨੂੰ ਲੈ ਕੇ ਕਟਵਾੜਾ ਦੇ ਪ੍ਰਯਾਸ ਗਰੁੱਪ ਨੇ ਇੱਕ ਮੁਹਿੰਮ ਚਲਾਈ ਹੈ, ਜਿਹਦੇ ਵਿੱਚ ਉਹਨਾਂ ਨੇ 11 ਜੁਲਾਈ ਨੂੰ ਸਵੇਰੇ 8 ਵਜੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਨਵਾਂ ਗ੍ਰਾਂ ਨਾਮ ਦੀ ਜਗ੍ਹਾ ਗੜਸ਼ੰਕਰ ਤੋਂ ਅਨੰਦਪੁਰ ਸਾਹਿਬ ਰੋਡ 'ਤੇ, ਉੱਥੇ ਇੱਕ ਫ੍ਰੀ ਗਾਈਡੈਂਸ ਕੈਂਪ ਰੱਖਿਆ 11 ਤਰੀਕ ਨੂੰ ਸਵੇਰੇ 8 ਵਜੇ। ਅਤੇ ਉੱਥੇ ਤੁਸੀਂ ਆ ਸਕਦੇ ਹੋ ਕੈਂਡੀਡੇਟਸ ਨੂੰ ਜਿਨ੍ਹਾਂ ਨੂੰ ਵੀ ਰਿਟਨ ਟੈਸਟ ਨੂੰ ਲੈ ਕੇ ਜਾਂ ਫਿਰ ਭਰਤੀ ਨੂੰ ਲੈ ਕੇ ਕੋਈ ਵੀ ਕਿਸੇ ਤਰੀਕੇ ਦਾ ਡਾਊਟ ਆ, ਉੱਥੇ ਤੁਸੀਂ ਆ ਸਕਦੇ ਹੋ। ਉੱਥੇ ਮੈਂ ਆਪ ਆਉਣਾ ਆ ਅਤੇ ਮੇਰੇ ਨਾਲ ਕਈ ਕੁਲੀਗਸ ਨੇ ਆਉਣਾ ਆ, ਅਤੇ ਤੁਹਾਡੇ ਸਾਰੇ ਡਾਊਟਸ ਲੈ ਜਾਣਗੇ ਅਤੇ ਤੁਹਾਨੂੰ ਗਾਈਡ ਕੀਤਾ ਜਾਊਗਾ ਵੀ ਤੁਸੀਂ ਐਗਜ਼ਾਮ ਲਈ ਕਿਵੇਂ ਤਿਆਰੀ ਕਰ ਸਕਦੇ ਹੋ ਘੱਟ ਟਾਈਮ ਦੇ ਵਿੱਚ। ਤਾਂ ਹੋਪ ਹੈ ਤੁਸੀਂ ਜਿਨ੍ਹਾਂ ਨੂੰ ਵੀ ਡਾਊਟ ਆ ਉੱਥੇ ਆ ਕੇ ਸਾਨੂੰ ਸਾਰਿਆਂ ਨੂੰ ਮਿਲ ਸਕਦੇ ਹੋ। ਤਾਂ ਮਿਲਦੇ ਹਾਂ ਜੀ 11 ਤਰੀਕ ਨੂੰ ਸਵੇਰੇ 8 ਵਜੇ ਨਵਾਂ ਗ੍ਰਾਂ ਦੇ ਵਿੱਚ ਕੁਲਦੀਪ ਰਿਜ਼ੋਰਟ ਦੇ ਵਿੱਚ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।